ਸਤਿ ਸ਼੍ਰੀ ਅਕਾਲ ਦੋਸਤੋ। ਪੰਜਾਬ ਦੇ ਵਿੱਚ 3-4 ਮੈਟਰ ਨੇ ਜਿਨ੍ਹਾਂ ਦੇ ਉੱਪਰ ਫਿਲਮਾਂ ਜ਼ਿਆਦਾਤਰ ਬਣਦੀਆਂ ਨੇ। ਪਹਿਲੀ ਮੈਟਰ ਹੈ ਕਾਮੇਡੀ, ਦੂਸਰਾ ਮੈਟਰ ਹੈ ਕਾਮੇਡੀ ਵਾਲਾ ਵਿਆਹ, ਤੀਸਰਾ ਮੈਟਰ ਹੈ ਗੈਂਗਸਟਰ ਤੇ ਵਿਆਹ, ਚੌਥਾ ਮੈਟਰ ਹੈ ਕਿ ਬਸ ਨਸ਼ਿਆਂ ਦੇ ਉੱਪਰ। ਇਹਨਾਂ ਚਾਰ ਮੈਟਰ ਤੋਂ ਬਾਹਰ ਪੰਜਾਬੀ ਫਿਲਮ ਨਾ ਤਾਂ ਕੋਈ ਸੋਚ ਰਿਹਾ ਹੈ ਅਤੇ ਨਾ ਹੀ ਕੋਈ ਬਣ ਰਹੀ ਹੈ। ਸੋ ਇੱਕ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਜੀ, ਜਿਸ ਦਾ ਨਾਮ ਹੈ ਜ਼ਿੰਦਗੀ ਜ਼ਿੰਦਾਬਾਦ। ਇਹ ਫਿਲਮ ਬੇਸ ਹੈ ਮਿੰਟੂ ਗੁਰਸਰੀਏ ਦੀ ਇੱਕ ਬੁੱਕ ਦੇ ਉੱਪਰ। ਉਸ ਬੁੱਕ ਦੇ ਵਿੱਚ ਜੋ 5 ਕਿਰਦਾਰ ਲਿਖੇ ਗਏ ਨੇ, ਉਹਨਾਂ ਦੇ ਉੱਪਰ ਹੀ ਉਸ ਕਿਰਦਾਰਾਂ ਨੂੰ ਲੈ ਕੇ ਫਿਲਮ ਨੂੰ ਫਿਲਮਾਇਆ ਗਿਆ ਹੈ। ਫਿਲਮ ਨੂੰ ਡਾਇਰੈਕਟ ਕੀਤਾ ਹੈ ਪ੍ਰੇਮ ਸਿੰਘ ਸਿੱਧੂ ਜੀ ਨੇ ਅਤੇ ਸਕ੍ਰੀਨ ਪਲੇ ਵੀ ਪ੍ਰੇਮ ਸਿੰਘ ਸਿੱਧੂ ਜੀ ਨੇ ਹੀ ਲਿਖਿਆ ਹੈ। ਪਿਛਲੇ ਹਫ਼ਤੇ ਵੀ ਪ੍ਰੇਮ ਸਿੰਘ ਸਿੱਧੂ ਜੀ ਦੀ ਇੱਕ ਫਿਲਮ ਰਿਲੀਜ਼ ਹੋਈ ਸੀ ਚਿੜੀਆਂ ਦਾ ਚੰਬਾ, ਜਿਹਦਾ ਬਿਜ਼ਨਸ ਤਾਂ ਕੁਛ ਖਾਸ ਨਹੀਂ ਰਿਹਾ ਪਰ ਕ੍ਰਿਟੀਕਲੀ ਉਹਨਾਂ ਨੂੰ ਕਾਫ਼ੀ ਐਪਰੀਸੀਏਸ਼ਨ ਮਿਲੀ ਸੀ ਉਸ ਫਿਲਮ ਦੇ ਲਈ, ਕਿਉਂਕਿ ਉਸਦਾ ਕਨਸੈਪਟ ਥੋੜ੍ਹਾ ਜਿਹਾ ਅਲੱਗ ਸੀ। ਸੋ ਗੱਲ ਕਰੀਏ ਜ਼ਿੰਦਗੀ ਜ਼ਿੰਦਾਬਾਦ ਦੀ, ਤਾਂ 2019 ਦੇ ਵਿੱਚ ਇਹ ਫਿਲਮ ਬਣ ਕੇ ਤਿਆਰ ਹੋ ਗਈ ਸੀ। ਉਸ ਤੋਂ ਪਹਿਲਾਂ ਆ ਚੁੱਕੀ ਸੀ ਡਾਕੂਆਂ ਦਾ ਮੁੰਡਾ, ਜਿਸ ਨੇ ਕਾਫ਼ੀ ਪੰਜਾਬੀ ਇੰਡਸਟਰੀ ਦੇ ਆਰਟਿਸਟਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਅਤੇ ਉਸ ਤੋਂ ਬਾਅਦ ਫਿਰ ਰਿਲੀਜ਼ ਹੁੰਦੀ ਹੈ ਡਾਕੂਆਂ ਦਾ ਮੁੰਡਾ 2, ਜਿਸ ਦੇ ਵਿੱਚ ਮੰਗੇ ਦੀ ਕਹਾਣੀ ਦਿਖਾਈ ਗਈ ਸੀ। ਉਸ ਤੋਂ ਬਾਅਦ ਕਾਫ਼ੀ 3-4 ਫਿਲਮਾਂ ਅਜਿਹੀਆਂ ਬਣਦੀਆਂ ਨੇ ਜਿਨ੍ਹਾਂ ਦੀਆਂ ਸਟੋਰੀ ਲਾਈਨ ਕਹਿ ਲਓ, ਕੰਸੈਪਟ ਕਹਿ ਲਓ, ਪਲੋਟ ਕਹਿ ਲਓ, ਬਿਲਕੁਲ ਸਿਮੀਲਰ ਨੇ, ਸੇਮ ਟੂ ਸੇਮ ਨੇ। ਅਤੇ ਉਸ ਹੀ ਪਲੋਟ, ਉਸ ਹੀ ਕੰਸੈਪਟ ਨੂੰ ਅੱਗੇ ਲੈ ਕੇ ਚੱਲਦੀ ਹੈ ਫਿਲਮ ਜ਼ਿੰਦਗੀ ਜ਼ਿੰਦਾਬਾਦ। ਇਸ ਫਿਲਮ ਦੇ ਵਿੱਚ ਲੀਡ ਰੋਲ 'ਚ ਸਾਨੂੰ ਨਜ਼ਰ ਆਏ ਨੇ ਨਿੰਜਾ, ਮੈਂਡੀ ਤੱਖਰ, ਰਾਜੀਵ ਠਾਕੁਰ, ਅੰਬੀ ਦ ਯਾਦਗਰੇਵਾਲ। ਸੋ ਕੁੱਲ ਮਿਲਾ ਕੇ 5 ਦੋਸਤਾਂ ਦੀ ਕਹਾਣੀ ਹੈ, ਜਿਹੜੇ ਕਿ ਨਸ਼ਿਆਂ ਦੇ ਵਿੱਚ ਵੀ ਪੈਂਦੇ ਨੇ, ਗੈਂਗਸਟਰਵਾਦ 'ਚ ਵੀ ਪੈਂਦੇ ਨੇ, ਪੋਲੀਟੀਕਲੀ ਕੁਨੈਕਟਡ ਵੀ ਹੁੰਦੇ ਨੇ, ਫਿਰ ਇਹਨਾਂ ਦੀਆਂ ਵਿਗੜਦੀਆਂ ਨੇ, ਵਾਪਸੀ ਕਰਦੇ ਨੇ। ਉਹੀ ਕਹਾਣੀ ਜਿਹੜੀ ਅਸੀਂ ਆਲਰੇਡੀ ਕਾਫ਼ੀ ਫਿਲਮਾਂ ਦੇ ਵਿੱਚ ਦੇਖ ਚੁੱਕੇ ਹਾਂ। ਸੋ ਕਹਾਣੀ ਕੋਈ ਨਵੀਂ ਨਹੀਂ ਹੈ, ਕਹਾਣੀ ਅਸੀਂ ਆਲਰੇਡੀ ਸਾਰੇ ਕੰਪਲੀਟਲੀ, ਮੇਰੇ ਖਿਆਲ ਨਾਲ ਜਿਨ੍ਹਾਂ ਨੇ ਵੀ ਪੁਰਾਣੀਆਂ ਫਿਲਮਾਂ ਦੇਖੀਆਂ ਨੇ ਉਹ ਗੈਸ ਕਰ ਲੈਂਦੇ ਨੇ ਕਿ ਆਉਣ ਵਾਲੇ ਸੀਨ 'ਚ ਕਿਆ ਹੋਏਗਾ। ਈਵਨ ਤੁਸੀਂ ਫਿਲਮ ਦੀ ਸਟਾਰਟਿੰਗ ਦੇ ਵਿੱਚ ਹੀ ਇਸਦਾ ਕਲਾਈਮੈਕਸ ਗੈਸ ਕਰ ਸਕਦੇ ਹੋ। ਸੋ ਕਹਾਣੀ ਦੀ ਪਕੜ ਬਹੁਤ ਜ਼ਿਆਦਾ ਹੀ ਕਮਜ਼ੋਰ ਹੈ, ਕੋਈ ਨਵਾਂਪਨ ਨਹੀਂ ਹੈ ਕਹਾਣੀ ਦੇ ਵਿੱਚ, ਕਹਾਣੀ ਨੂੰ ਆਸਾਨੀ ਦੇ ਨਾਲ ਸਮਝਿਆ ਜਾ ਸਕਦਾ ਹੈ। ਸੋ ਗੱਲ ਕਰੀਏ ਪਰਫੋਰਮੈਂਸ ਦੀ, ਤਾਂ ਨਿੰਜੇ ਨੇ ਬਹੁਤ ਲੰਬੇ ਸਮੇਂ ਬਾਅਦ ਕਿਸੇ ਫਿਲਮ ਦੇ ਵਿੱਚ ਲੀਡ ਰੋਲ ਅਦਾ ਕੀਤਾ ਹੈ। ਨਿੰਜੇ ਦੀ ਪਰਫੋਰਮੈਂਸ ਬਹੁਤ ਸ਼ਾਨਦਾਰ ਰਹੀ ਹੈ, ਮੋਢਿਆਂ ਦੇ ਉੱਪਰ ਲੈ ਕੇ ਚੱਲਿਆ ਹੈ ਉਹ ਫਿਲਮ ਨੂੰ। ਕਿਤੇ ਨਾ ਕਿਤੇ ਕੁਝ ਇਮੋਸ਼ਨਲ ਸੀਨਸ ਜਾਂ ਕੁਝ ਅਗਰੈਸਿਵ ਸੀਨਸ ਦੇ ਵਿੱਚ ਉਸ ਦੀ ਪਰਫੋਰਮੈਂਸ ਡਾਊਨ ਜ਼ਰੂਰ ਹੁੰਦੀ ਹੈ, ਉਹਦੀ ਕੰਟੀਨਿਊਟੀ ਬਹੁਤ ਜ਼ਿਆਦਾ ਘੱਟ ਸੀ ਨਿੰਜਾ ਦੀ ਪਰਫੋਰਮੈਂਸ ਦੇ ਵਿੱਚ। ਸਭ ਤੋਂ ਜ਼ਿਆਦਾ ਸਰਪ੍ਰਾਈਜ਼ ਕੀਤਾ ਹੈ ਰਾਜੀਵ ਠਾਕੁਰ ਨੇ। ਰਾਜੀਵ ਠਾਕੁਰ ਨੂੰ ਮੋਸਟਲੀ ਅਸੀਂ ਕਾਮੇਡੀ ਸੀਨਸ ਦੇ ਵਿੱਚ ਜਾਂ ਕਾਮੇਡੀ ਮੂਵੀਜ਼ ਦੇ ਵਿੱਚ ਹੀ ਦੇਖਿਆ ਸੀ, ਪਰ ਇਸ ਫਿਲਮ ਦੇ ਵਿੱਚ ਉਹਨਾਂ ਨੇ ਆਪਣੀ ਲੀਕ ਤੋਂ ਹਟ ਕੇ ਇੱਕ ਅੱਛਾ ਰੋਲ ਨਿਭਾਇਆ ਹੈ। ਗੱਲ ਕਰੀਏ ਯਾਦਗਰੇਵਾਲ ਅਤੇ ਨਾਲ ਅੰਬੀ ਦੀ, ਤਾਂ ਉਹਨਾਂ ਦੇ ਜਿੱਦੇ ਕਿਰਦਾਰ ਲਿਖੇ ਗਏ ਸਨ, ਉਹਨਾਂ ਨੇ ਆਪਣੇ ਕਿਰਦਾਰਾਂ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਨਿਭਾਇਆ ਹੈ। ਗੱਲ ਕਰੀਏ ਫਿਲਮ ਦੇ ਮਿਊਜ਼ਿਕ ਦੀ, ਤਾਂ ਫਿਲਮ ਦਾ ਮਿਊਜ਼ਿਕ ਵੀ ਕੁਝ ਖਾਸ ਨਹੀਂ ਹੈ, ਕੁਝ ਕੁ ਗੀਤ ਰਿਲੀਜ਼ ਵੀ ਹੋਏ ਨੇ ਪਰ ਰਿਲੀਜ਼ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਚੰਗੀ ਆਡੀਅੰਸ ਨਹੀਂ ਮਿਲ ਪਾਈ, ਜਾਂ ਕਹਿ ਲਓ ਚੰਗੀ ਆਡੀਅੰਸ ਤੱਕ ਉਹ ਨਹੀਂ ਪਹੁੰਚੇ, ਗਾਣੇ ਵੀ ਲਗਭਗ ਫਲੋਪ ਹੀ ਰਹੇ ਨੇ। ਫਿਲਮ ਦਾ ਬੈਕਗਰਾਊਂਡ ਸਕੋਰ 'ਚ ਵੀ ਤੁਹਾਨੂੰ ਕੁਝ ਨਵਾਂਪਨ ਦੇਖਣ ਨੂੰ ਨਹੀਂ ਮਿਲੇਗਾ, ਉਹੀ ਬੇਸਿਕ ਪੰਜਾਬੀ ਫਿਲਮਾਂ ਵਾਲਾ ਉਹਦੇ 'ਚ ਤੁਹਾਨੂੰ ਬੈਕਗਰਾਊਂਡ ਸਕੋਰ ਦੇਖਣ ਨੂੰ ਮਿਲੇਗਾ। ਗੱਲ ਕਰੀਏ ਸਕ੍ਰੀਨ ਪਲੇ ਦੀ, ਤਾਂ ਸਕ੍ਰੀਨ ਪਲੇ ਕਿਤੇ ਕਿਤੇ 10 ਮਿੰਟ ਤੱਕ ਤੁਹਾਨੂੰ ਪੂਰੀ ਪੇਸਟ ਚੱਲਦਾ ਨਜ਼ਰ ਆਏਗਾ ਅਤੇ ਅਗਲੇ 15 ਮਿੰਟ ਉਹ ਫਿਰ ਕਿਤੇ ਨਾ ਕਿਤੇ ਸਲੋ ਡਾਊਨ ਹੋ ਜਾਂਦਾ ਹੈ, ਫਿਰ 10 ਮਿੰਟ ਥੋੜ੍ਹੀ ਜਿਹੀ ਪੇਸ ਫੜਦੀ ਹੈ, ਪਰ ਸੈਕਿੰਡ ਹਾਫ ਦੇ ਵਿੱਚ ਤਾਂ ਫਿਲਮ ਇੱਕਦਮ ਇੰਜ ਲਟਕ ਜਾਂਦੀ ਹੈ ਜਿਵੇਂ ਪਹਾੜੀ ਤੋਂ ਜੀਪ ਲਟਕ ਰਹੀ ਹੁੰਦੀ ਹੈ। ਕਲਾਈਮੈਕਸ ਤੱਕ ਆਉਂਦੇ ਆਉਂਦੇ ਤੁਹਾਡਾ ਇੰਟਰਸਟ ਫਿਲਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਗਭਗ ਖਤਮ ਹੀ ਹੋ ਜਾਂਦਾ ਹੈ। ਫਿਰ ਚਾਹੇ ਸਕਰੀਨ ਦੇ ਉੱਪਰ ਮੈਂਡੀ ਤੱਖਰ ਆਵੇ, ਨਿੰਜਾ ਆਵੇ, ਯਾਦਗਰੇਵਾਲ ਆਵੇ, ਕੋਈ ਵੀ ਆਵੇ, ਤੁਹਾਡਾ ਇੰਟਰਸਟ ਵਾਪਸ ਫਿਲਮ ਦੇ ਨਾਲ ਜੁੜਦਾ ਰਹਿ ਹੀ ਜਾਂਦਾ ਹੈ। ਸੋ ਸਕਰੀਨ ਪਲੇ ਕਾਫ਼ੀ ਜ਼ਿਆਦਾ ਢਿੱਲਾ ਲਿਖਿਆ ਗਿਆ ਸੀ, ਡਾਇਰੈਕਸ਼ਨ ਅਤੇ ਕੈਮਰਾ ਵਰਕ ਬਹੁਤ ਸ਼ਾਨਦਾਰ ਕੀਤਾ, ਕਿਤੇ ਕਿਤੇ ਕੈਮਰਾਸ ਦੇ ਨਾਲ ਜੋ ਸੀਨ ਸ਼ੂਟ ਕੀਤੇ ਗਏ ਨੇ ਉਹ ਸੱਚੀ ਇੰਪ੍ਰੈਸਿਵ ਸੀ। ਉਸ 'ਤੇ ਪ੍ਰੇਮ ਸਿੰਘ ਸਿੱਧੂ ਭਾਅ ਜੀ ਦੀ ਤਾਰੀਫ ਕਰਨੀ ਬਣਦੀ ਹੈ, ਪਰ ਪੰਜਾਬੀ ਫਿਲਮਾਂ ਦਾ
बेसिक ही ਹੁੰਦਾ ਹੈ ਮੋਸਟਲੀ ਸਾਡੇ ਫਿਲਮਾਂ ਜਿਹੜੀਆਂ ਨੇ ਉਹ ਪੇਪਰ ਤੇ ਬਹੁਤ ਸ਼ਾਨਦਾਰ ਬਣਦੇ ਨੇ ਜਦੋਂ ਅਸੀਂ ਕਹਾਣੀ ਲਿਖਦੇ ਹਾਂ ਜਦੋਂ ਅਸੀਂ ਕਿਰਦਾਰਾਂ ਨੂੰ ਘੜਦੇ ਹਾਂ ਤਾਂ ਉਹ ਪੇਪਰ ਦੇ ਉੱਪਰ ਬਹੁਤ ਸ਼ਾਨਦਾਰ ਲੱਗਦੀਆਂ ਨੇ ਪਰ ਜਦੋਂ ਪੇਪਰ ਤੋਂ ਚੱਕ ਕੇ ਅਸੀਂ ਉਹਨੂੰ ਕੈਮਰੇ ਦੇ ਨਾਲ ਸ਼ੂਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਸਾਡੇ ਮੂਹਰੇ ਆ ਜਾਂਦੀਆਂ ਨੇ ਸਭ ਤੋਂ ਵੱਡੀ ਕਮੀ ਹਮੇਸ਼ਾ ਹੀ ਪੰਜਾਬੀ ਫਿਲਮ ਦੇ ਵਿੱਚ ਰਹਿੰਦੀ ਹੈ ਉਹ ਹੈ ਬਜਟ ਦੀ ਸੋ ਜਿੰਨੇ ਕੁ ਬਜਟ ਦੇ ਨਾਲ ਇਸ ਫਿਲਮ ਨੂੰ ਬਣਵਾਇਆ ਗਿਆ ਸੀ ਉਸ ਹਿਸਾਬ ਦੇ ਨਾਲ ਇੱਕ ਬੇਸਿਕ ਪੰਜਾਬੀ ਫਿਲਮਾਂ ਵਰਗੀ ਫਿਲਮ ਹੈ ਜਿਸ ਨੂੰ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਬਾਕੀ ਜੇਕਰ ਤੁਸੀਂ ਫਿਲਮ ਦੇਖੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀ ਸੋ ਇਸ ਤੋਂ ਜ਼ਿਆਦਾ ਤਾਂ ਹੁਣ ਹੋਰ ਕੁਛ ਕਹਿ ਨਹੀਂ ਸਕਦੇ ਠੀਕ ਠਾਕ ਜੀ ਫਿਲਮ ਹੈ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ।